ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਮੋਗਾ ਜ਼ਿਲ੍ਹਾ ਦੇ ਥਾਣਾ ਬਾਗਾਪੁਰਾਣਾ ਅਧੀਨ ਪੈਂਦੀ ਚੌਂਕੀ ਨੱਥੂ ਵਾਲਾ ਗਰਬੀ ਚ ਉਸ ਸਮੇਂ ਵਿਵਾਦ ਮਚ ਗਿਆ ਜਦੋਂ ਇੱਕ ਸ਼ਿਕਾਇਤ ਤੇ ਚੌਂਕੀ ਇੰਚਾਰਜ ਪਹਾੜਾ ਸਿੰਘ ਨੇ ਪਿੰਡ ਮਾਲਾ ਕਲਾਂ ਦੀ ਕੁਲਦੀਪ ਕੌਰ ਨੂੰ ਹਵਾਲਾ ਚ ਬੰਦ ਕਰਤਾ। ਜਿਉਂ ਹੀ ਇਸ ਦੀ ਜਾਣਕਾਰੀ ਅਕਾਲੀ ਵਰਕਰਾਂ ਨੂੰ ਮਿਲੀ ਤਾਂ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਲਾ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਆ ਕੇ ਪੁਲਿਸ ਚੌਂਕੀ ਦਾ ਘਿਰਾਓ ਕਰ ਚੌਂਕੀ ਮੂਹਰੇ ਦਿਨ ਰਾਤ ਦਾ ਪੱਕਾ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿੱਥੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਲਾ ਨੇ ਪੁਲਿਸ ਚੌਂਕੀ ਦੇ ਇੰਚਾਰਜ ਦੇ ਦੋਸ਼ ਲਾਏ ਹਨ ਕਿ ਇੱਕ ਪਾਸੇ ਚੌਂਕੀ ਇੰਚਾਰਜ ਚਿੱਟਾ ਵਿਕਾ ਰਿਹਾ ਹੈ ਅਤੇ ਉਹਨਾਂ ਤੇ ਕਾਰਵਾਈ ਕਰਨ ਦੀ ਥਾਂ ਪਿੰਡ ਦੀ ਇੱਕ ਵਿਧਵਾ ਔਰਤ ਨਾਲ ਬਦਤਮੀਜ਼ੀ ਕੀਤੀ, ਘਟੀਆ ਸ਼ਬਦ ਬੋਲੇ ਅਤੇ ਲਿਆ ਕੇ ਹਵਾਲਾ ਚ ਤਾੜ ਦਿੱਤਾ, ਜੋ ਕਿ ਬਹੁਤ ਵੱਡੀ ਤਾਨੇਸ਼ਾਹੀ ਹੈ ਜੋ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਹੈ ਕਿ 24 ਮਹੀਨੇ ਰਹਿ ਗਏ ਹਨ, ਅਜਿਹੇ ਅਫਸਰਾਂ ਨੂੰ ਅਕਾਲੀ ਸਰਕਾਰ ਬਣਨ ਤੇ ਸਬਕ ਸਿਖਾਵਾਂਗੇ। ਵਾਲਾ ਗਰਬੀ ਚੌਂਕੀ ਬਾਗੇ ਪੁਰਾਣੇ ਥਾਣੇ ਦੀ ਚੌਂਕੀ ਹੈ, ਇੱਥੋਂ ਦਾ ਜਿਹੜਾ ਇੰਚਾਰਜ ਹੈ ਉਹਨੇ ਬਹੁਤ ਵੱਡੀ ਗੁੰਡਾਗਰਦੀ, ਪਹਿਲਾਂ ਕੁਲਦੀਪ ਕੌਰ ਵੈਫ ਓ ਬਲਵੰਤ ਸਿੰਘ ਜਿਹੜੀ ਵਿਧਵਾ ਔਰਤ ਹੈ, ਬੇਟਾ ਉਹਦਾ ਇੱਕ ਹੈ, ਉਹ ਨਾਬਾਲਕ ਹੈ, ਉਹਦੇ ਘਰੇ ਜਾ ਕੇ ਬਦਸਲੂਕੀ ਕੀਤੀ, ਮੰਦਾ ਬੋਲਿਆ, ਮਾੜਾ ਬੋਲਿਆ। ਉਹ ਤੋਂ ਬਾਅਦ 3-4 ਦਿਨ ਬਾਅਦ ਅੱਜ ਫਿਰ ਉਹਨੂੰ ਘਰੋਂ ਪੁਲਿਸ ਭੇਜ ਕੇ, ਪੁਲਿਸ ਪਾਰਟੀ ਭੇਜ ਕੇ ਬੁਲਾਇਆ ਇੱਥੇ, ਬੁਲਾ ਕੇ ਅਤੇ ਉਹਨੂੰ ਹਵਾਲਾਤ ਦੇ ਵਿੱਚ ਦੇ ਦਿੱਤਾ। ਇੱਥੇ ਵੀ ਆ ਕੇ ਉਹਦੇ ਨਾਲ ਮਿਸਬਿਹੇਵ ਕੀਤਾ, ਮਾੜਾ ਬੋਲਿਆ, ਇਸ ਕਰਕੇ ਧਰਨੇ ਦੀ ਜਿਹੜੀ ਨੌਬਤ ਪਈ। ਅੱਜ ਇਹ ਧਰਨਾ ਅਸੀਂ ਹਲਕਾ ਬਹਿਜ ਹੈ, ਕੱਲ੍ਹ ਨੂੰ ਪੂਰੇ ਜ਼ਿਲ੍ਹੇ ਦਾ ਜਿਹੜਾ ਧਰਨਾ ਅਸੀਂ ਅਨਾਊਂਸਮੈਂਟ ਕਰ ਦਿੱਤੀ ਹੈ, ਜ਼ਿਲ੍ਹੇ ਦਾ ਧਰਨਾ ਲਾਵਾਂਗੇ। ਫਿਰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆ ਦਿੱਤਾ, ਜੇ ਅੱਜ ਔਰਤਾਂ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਹੋਵੇ, ਔਰਤਾਂ ਨੂੰ ਲਿਆ ਕੇ ਥਾਣੇ ਦੇ ਵਿੱਚ ਬੰਦ ਕੀਤਾ ਜਾਵੇ। ਇੱਕ ਔਰਤ ਨੂੰ ਵੈਸੇ ਤਾਂ ਸਮਝਾ ਸਕਦੇ ਹਾਂ, ਜੇ ਕੋਈ ਗੱਲ ਹੈ ਤਾਂ ਬਹਿ ਕੇ ਰਾਜੀਨਾਮਾ ਕਰਵਾ ਦਿਉ ਜਾਂ ਉਹਨੂੰ ਬਿਠਾ ਲਓ, ਇਹ ਨਹੀਂ ਵੀ ਲਿਆ ਕੇ ਹਵਾਲਾਤ ਦੇ ਵਿੱਚ ਉਹਨੂੰ ਦੇ ਦਿਉ ਜਾਂ ਉਹਦੇ ਨਾਲ ਬਸ ਸਲੂਕੀ ਕਰੋ ਜਾਂ ਉਹਦੇ ਘਰੇ ਜਾ ਕੇ ਮਾੜਾ ਬੋਲੋ। ਇਹ ਸਾਰੀਆਂ ਗੱਲਾਂ ਆਰੋਪ ਇਹ ਲਾਏ, ਸਰਕਾਰੀ ਗਲੀ ਬਣੀ ਹੈ, ਸਰਕਾਰੀ ਗਲੀ ਦੇ ਵਿੱਚ ਸਾਰਿਆਂ ਦੇ ਜਿਹੜਾ ਪਾਣੀ ਪੈਂਦਾ ਨਾਲੀ ਨਾਲ ਬਣੀ ਹੈ, ਨਾਲੀ ਦੇ ਵਿੱਚ ਪਾਣੀ ਪੈਂਦਾ ਕਿਸੇ ਦਾ ਉੱਥੇ ਘਰ ਨਹੀਂ। ਉਹਦਾ ਕਿਸੇ ਇੱਕ ਆਦਮੀ ਨੇ ਦਰਖਾਸਤ ਦੇ ਦਿੱਤੀ, ਸਿੰਪਲ ਦਰਖਾਸਤ, ਉਹ ਦਰਖਾਸਤ ਐਡੀ ਗੁੰਡਾ ਕਰਦੀ ਵੀ ਲਿਆ ਕੇ ਇੱਕ ਲੇਡੀ ਨੂੰ, ਵਿਧਵਾ ਔਰਤ ਨੂੰ ਅੰਦਰ ਦੇ ਦਿਓ। ਮੈਂ ਸਮਝਦਾ ਕਿ ਤੂੰ ਘਟੀਆ ਥਾਣੇਦਾਰ ਨਹੀਂ ਹੋ ਸਕਦਾ, ਘਟੀਆ ਸਰਕਾਰ ਨਹੀਂ ਹੋ ਸਕਦੀ, ਕੰਮ ਤਾਂ ਇਹ ਸਰਕਾਰ ਤੋਂ ਨਹੀਂ ਕੋਈ ਹੁੰਦਾ, ਪਰ ਔਰਤਾਂ ਵੀ ਇੱਥੇ ਸੇਫ ਨਹੀਂ, ਇੱਕ ਔਰਤਾਂ ਨੂੰ ਲਿਆ ਕੇ ਥਾਣੇ ਦੇ ਵਿੱਚ ਦਿੱਤਾ ਜਾਵੇਗਾ। ਇਹ ਅਸੀਂ ਵੱਡੀ ਪੱਧਰ 'ਤੇ ਸੰਘਰਸ਼ ਆ ਜਿਹੜਾ ਇਹਦਾ ਵਿੱਢਾਂਗੇ ਪੂਰਾ, ਸਾਨੂੰ ਕੋਈ ਕਿਸੇ ਦਾ ਡਰ ਨਹੀਂ, ਕੋਈ ਖੌਫ ਨਹੀਂ, ਕੁਛ ਨਹੀਂ, ਪੂਰਾ ਜੰਗੀ ਪੱਧਰ 'ਤੇ ਜਿਹੜਾ ਧਰਨਾ ਅਸੀਂ ਸ਼ੁਰੂ ਕੀਤਾ। ਮੈਂ ਸਾਰਿਆਂ ਨੂੰ ਲੰਗਰ ਦਾ ਪ੍ਰਬੰਧ ਕਰਨ ਵਾਸਤੇ ਵੀ ਕਹਿਤਾ, ਰਾਤ ਨੂੰ ਵੀ ਇੱਥੇ ਰਹਾਂਗੇ, ਕੱਲ੍ਹ ਨੂੰ ਵੀ ਰਹਾਂਗੇ, ਇੱਥੇ ਧਰਨਾ ਜਿਹੜਾ ਜਾਰੀ ਰਹੂਗਾ। ਮੈਂ ਸਮਝਦਾ ਕਿ ਜਿਹੜੀ ਥਾਣੇਦਾਰ ਨੇ ਗੁੰਡਾਗਰਦੀ ਕੀਤੀ ਹੈ, ਜਿੰਨਾ ਚਿਰ ਨਿਆਂ ਨਹੀਂ ਮਿਲੂਗਾ ਤੇ ਧਰਨਾ ਜਿਹੜਾ ਬਿਲਕੁਲ ਸਮਾਪਤ ਨਹੀਂ ਹੋਣਾ। ਹੁਣ ਉਹ ਔਰਤ ਕਿੱਥੇ ਹੈ ਜੀ? ਔਰਤ ਦਾ ਹਵਾਲਾ ਇੱਥੇ ਬੈਠੀ ਹੈ। ਅੱਛਾ ਜੀ, ਕੋਈ ਕਿਸੇ ਤਰ੍ਹਾਂ ਦੀ ਕੋਈ ਪਰਚਾ ਦਰਜ ਕੀਤਾ ਕਿ ਨਹੀਂ? ਕੁਛ ਨਹੀਂ ਪਰਚਾ ਦਰਜ, ਕੋਈ ਪਰਚਾ ਨਹੀਂ, ਕੁਛ ਨਹੀਂ। ਇਸ ਸੰਬੰਧੀ ਵਿਧਵਾ ਔਰਤ ਦੇ ਖਿਲਾਫ ਸ਼ਿਕਾਇਤਕਰਤਾ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਮੈਂ ਕਾਨੂੰਨ ਦਾ ਸਹਾਰਾ ਲੈ ਕੇ ਰਿਪੋਰਟ ਕੀਤੀ ਸੀ। ਇਹ ਔਰਤ ਗਲੀ 'ਚ ਪਾਣੀ ਦੇ ਪਾਈਪ ਪਾ ਤੰਗ ਕਰ ਰਹੀ ਹੈ, ਜਦਕਿ ਦੂਸਰੇ ਪਾਸੇ ਪਾਣੀ ਦਾ ਗੰਦਾ ਨਾਲਾ ਹੈ, ਉਸ ਵਿੱਚ ਨਹੀਂ ਪਾਉਂਦੀ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਏ ਹਨ ਕਿ ਵਿਧਵਾ ਆਪਣੇ ਘਰੇ ਗਲਤ ਧੰਦਾ ਚਲਾ ਰਹੀ ਹੈ, ਉਹਨਾਂ ਇਨਸਾਫ ਦੀ ਮੰਗ ਕੀਤੀ ਹੈ। ਨਾਮ ਦਲਜੀਤ ਸਿੰਘ ਆ ਜੀ। ਅੱਛਾ, ਇੱਕ ਇੱਥੇ ਅਕਾਲੀ ਦਲ ਨੇ ਧਰਨਾ ਲਾਇਆ, ਤੁਸੀਂ ਉਹ ਲੜਕੀ ਨੂੰ ਜਿਹੜੀ ਨੂੰ ਫੜਾਇਆ, ਕੀ ਕਾਰਨ ਕੀ ਸੀ, ਕਿਉਂ ਤੁਸੀਂ ਸ਼ਿਕਾਇਤ ਕੀਤੀ? ਬਾਈ ਜੀ, ਸਾਡਾ ਘਰ ਪਿਛਲੇ ਪਾਸੇ ਆ, ਮੂਹਰਲੇ ਪਾਸੇ ਇਹਦਾ ਘਰ ਆ, ਫਿਰਨੀ ਦੇ ਘਰ ਆ ਇਹਦਾ, ਸਾਡੇ ਇਕੱਲਿਆਂ ਨੂੰ ਵੀਹ ਜਾਂਦੀ ਆ, ਜੋ ਕਿ ਸਾਡੇ ਪਹਿਲਾਂ ਤਾਂ ਇਹਨੇ 4 ਮਹੀਨੇ ਬਣਾਏ, ਸਾਡੀ ਵੀਹ 'ਚ ਪੈਂਦੇ ਕੀਤੇ ਨੇ, ਪਾਣੀ ਪੈਂਦਾ ਕੀਤਾ, ਫਿਰ ਇਹਨੇ ਬਾਹਰ ਕੱਢਿਆ ਧੱਕੇ ਨਾਲ, ਅਸੀਂ ਬੁੜੀ ਕਰਕੇ ਕੁਛ ਨਹੀਂ ਬੋਲੇ ਗਏ ਉਹਨਾਂ ਗੱਲਾਂ 'ਤੇ। ਹੁਣ ਲੈਟਰੀਨ ਅਤੇ ਬਾਥਰੂਮ ਦਾ ਪਾਣੀ ਸਾਡੇ ਬਾਹਰ 'ਚ ਕੱਢਿਆ, ਇਹਦੇ ਮੰਨ ਕੇ ਚੱਲ ਮੇਨ ਆ ਦੂਜੇ ਦੇ ਬਾਹਰਲੀ ਫਿਰਨੀ ਦੇ ਘਰ ਆ, ਮੂਰ ਦੀ ਵੱਡਾ ਨਾਲਾ ਜਾਂਦਾ, ਉੱਥੇ ਨਹੀਂ ਪਾਇਆ, ਨਹੀਂ ਮੇਰਾ ਇੱਥੇ ਹੀ ਪਊਗਾ, ਮੇਰੇ ਨਾਲ ਤੀਰਥ ਖੜਾ, ਇਹਨੇ ਇਹ ਗੱਲਾਂ ਕੀਤੀਆਂ, ਧਮਕੀਆਂ ਦਿੱਤੀਆਂ, ਜੋ ਕਿ ਅਸੀਂ ਕਾਨੂੰਨ ਰਾਹੀਂ ਚੱਲੇ। ਅਸੀਂ ਰਿਪੋਰਟ ਕਰਾਈ ਪਰਸੋਂ ਸਰ ਕੋਲ ਆਣ ਕੇ, ਰਿਪੋਰਟ ਕਰਾ ਕੇ ਇਹਨਾਂ ਨੇ ਕੱਲ੍ਹ ਵੀ ਗਏ, ਇਹਨਾਂ ਨੇ ਸਾਰਾ ਮੌਕਾ ਵੀ ਵੇਖਿਆ, ਮੌਕਾ ਵੇਖ ਕੇ ਅਤੇ ਸੱਦਿਆ, ਇਹ ਆਈ ਨਾ, ਅੱਜ ਇਹ ਆਪਦੀ ਆਪ ਆਈ ਹੈ, ਇਹ ਸਕੂਟਰੀ 'ਤੇ ਆਈ ਆ, ਜੋ ਕਿ ਮਗਰੋਂ ਇਹਨਾਂ ਨੇ ਆਪਦਾ ਆਪ ਇਹਨਾਂ ਨੇ ਕਾਲੀਆਂ ਨੇ ਇਸ਼ੂ ਬਣਾ ਲਿਆ, ਮਗਰ ਆ ਕੇ ਵੀ ਅਸੀਂ ਐਂ ਕਰਦੇ ਹਾਂ ਹੁਣ ਇਹਨਾਂ 'ਤੇ ਵੀ ਇਲਜ਼ਾਮ ਲਾਉਣੇ ਆ, ਵੀ ਇਹਨਾਂ ਨੇ ਐਂ ਕਰਦੇ, ਸਾਡੇ ਨਾਲ ਐਂ ਕਰਦੇ ਆ, ਪਰ ਕੋਈ ਚੱਕਰ ਨਹੀਂ ਇਹੋ ਜਿਹਾ। ਅਸੀਂ ਜੋ ਕਿ ਇੱਥੇ ਬਹਿ ਕੇ ਬੰਦੇ ਸਾਰੇ ਰਾਜੀਨਾਮਾ ਕਰਨ ਨੂੰ ਤਿਆਰ ਸੀਗੇ, ਸਾਰੀ ਗੱਲ ਹੋਣ ਲੱਗੀ ਸੀਗੀ, ਬਾਕੀ ਪੰਚਾਇਤ ਗਈ ਆ, ਉੱਥੇ ਪੰਚਾਇਤ ਵਾਲਿਆਂ ਨੇ ਇਹ ਵੀ ਕਿਹਾ ਵੀ ਤੂੰ ਨਾਲੀ ਦੇ ਵਿੱਚ ਪਾਣੀ ਜ਼ਰੂਰ ਪਾ ਸਕਦੀ ਆ, ਪਰ ਹਾਲ ਜਿਹੜੇ ਲੈਟਰੀਨ ਬਾਥਰੂਮ ਦਾ ਪਾਣੀ ਹੈ ਆਪਦੇ ਨਾਲੀ 'ਚ ਕੱਢ ਲਾ, ਇਹ ਨਹੀਂ ਮੇਰਾ ਤਾਂ ਐਂ ਪਊਗਾ, ਜੋ ਕਿ ਇਹ ਨਸ਼ੇ ਕਰਦੀ ਆ, ਫੁੱਲ ਬੜਾ ਫੁੱਲ, ਦੋ ਨੰਬਰੇ ਕੰਮ ਕਰਦੀ ਆ। ਉਧਰ ਹਾਲਾਤ ਖਰਾਬ ਹੁੰਦੇ ਦੇਖ ਪੁਲਿਸ ਪਾਰਟੀ ਨਾਲ ਪਹੁੰਚੇ ਥਾਣਾ ਬਾਗਾ ਪੁਰਾਣਾ ਦੇ SHO ਨੇ ਕਿਹਾ ਹੈ ਕਿ ਇਸ ਔਰਤ ਨੂੰ ਫੜਿਆ ਨਹੀਂ, ਸ਼ਿਕਾਇਤ ਤੇ ਚੌਂਕੀ ਬੁਲਾਇਆ ਗਿਆ ਸੀ ਅਤੇ ਨਾ ਕੋਈ ਬਦਤਮੀਜ਼ੀ ਕੀਤੀ ਗਈ ਹੈ। ਉਹਨਾਂ ਵਿਸ਼ਵਾਸ ਦਵਾਇਆ ਹੈ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ, ਸਹੀ ਜਾਂਚ ਕਰਕੇ ਕਾਰਵਾਈ ਹੋਵੇਗੀ।
ਧਰਨਾ ਲਾਇਆ ਸੀਗਾ ਜੀ ਇੱਕ ਥਾਣੇ ਮੁਰੇ ਅਕਾਲੀ ਦਲ ਨੇ। ਹਾਂਜੀ। ਅਤੇ ਕੀ ਕਾਰਨ ਕੀ ਸੀਗਾ ਜੀ ਸਰ, ਜਿਹੜੀ ਔਰਤ ਫੜੀ ਕਿਉਂ ਫੜੀ ਗਈ ਸੀ? ਔਰਤ ਫੜੀ ਨਹੀਂ ਸੀਗੀ, ਬੁਲਾਈ ਗਈ ਸੀਗੀ ਥਾਣੇ ਦੇ ਵਿੱਚ ਚੌਂਕੀ ਦੇ ਵਿੱਚ, ਕਿਉਂਕਿ ਉਹਦੇ ਖਿਲਾਫ਼ ਦਰਖਾਸਤ ਸੀਗੀ, ਦੋਨਾਂ ਧਿਰਾਂ ਨੂੰ ਸੁਣਨ ਲਈ ਹੀ ਚੌਂਕੀ ਬਣਾਈ ਗਈ ਆ, ਇਸ ਕਰਕੇ ਬੁਲਾਇਆ ਗਿਆ ਸੀਗਾ, ਉਹਨਾਂ ਨੂੰ ਗਲਤ ਫਹਿਮੀ ਹੋ ਗਈ, ਇਸ ਕਰਕੇ ਧਰਨਾ ਲਾ। ਅੱਛਾ, ਉਹ ਕਹਿੰਦੇ ਵੀ SI ਨੇ ਧੱਕੇਸ਼ਾਹੀ ਕੀਤੀ ਹੈ ਜੀ ਸਾਡੇ ਇੱਥੇ, ਜਿਹੜੀ ਔਰਤ ਫੜੀ ਗਈ ਸੀ ਬਿਨਾਂ ਗੱਲ ਤੋਂ ਜੀ, ਇਹਨੂੰ ਥਾਣੇ ਬੁਲਾਇਆ ਗਿਆ? ਮੇਰੇ ਆਉਣ ਤੋਂ ਪਹਿਲਾਂ ਕੋਈ ਗੱਲ ਇਹਨਾਂ ਦੀ ਹੋਈ ਹੋਵੇ ਉਹ ਮੈਂ ਕਹਿ ਨਹੀਂ ਸਕਦਾ, ਪਰ ਧੱਕੇਸ਼ਾਹੀ ਕੋਈ ਨਹੀਂ। ਅੱਛਾ, ਹੁਣ ਕੀ ਨਿਬੇੜਾ ਕੀ ਕੀਤਾ ਜੀ ਇਹ? ਹੁਣ ਜੋ ਵੀ ਹੈਗਾ ਦਰਖਾਸਤ ਦਾ ਫੈਸਲਾ ਅੱਗੇ ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਕੀਤੀ ਜਾਏਗੀ। ਅੱਛਾ, ਧਰਨਾ ਫਿਰ ਕਿਸ ਤਰ੍ਹਾਂ ਚੁਕਾਇਆ ਜੀ ਹੁਣ? ਧਰਨਾ ਉਹੀ ਵਿਸ਼ਵਾਸ ਦਵਾਇਆ ਵੀ ਧੱਕਾ ਨਹੀਂ ਹੋਏਗਾ, ਜੋ ਵੀ ਹੈਗੀ ਅਸਲੀਅਤ ਸੱਚ ਸਾਹਮਣੇ ਹੋਏਗਾ। ਮੋਗਾ ਤੋਂ ਚਮਕੌਰ ਸਿੰਘ ਲੋਪੋ ਤੇ ਕੁਲਦੀਪ ਕੌਲੀਆ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।